ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਵੇਖ ਰਹੇ ਹੋ ਯੂਟਿਊਬ ਪਿੰਡ ਪੰਜਾਬੀ ਚੈਨਲ। ਸੋ ਦੋਸਤੋ, ਇਸ ਵਕਤ ਸਾਡੇ ਨਾਲ ਮੌਜੂਦ ਨੇ ਜੀ ਉੱਘੇ ਸਿਰਮੌਰ ਗੀਤਕਾਰ, ਪੱਤਰਕਾਰ ਅਤੇ ਲਿਖਾਰੀ ਸਭਾ ਪਹਿਲ ਦੇ ਮੁੱਖ ਸਰਪ੍ਰਸਤ ਪਾਲਾ ਰਾਜੇ ਵਾਲੇ ਜੀ। ਸੋ ਆਓ ਆਪਾਂ ਇਹਨਾਂ ਨਾਲ ਗੱਲ ਕਰਕੇ ਵੇਖਦੇ ਹਾਂ ਅੱਜ। ਪਾਲਾ ਜੀ, ਸਭ ਤੋਂ ਪਹਿਲਾਂ ਤਾਂ ਜੀ ਪਿੰਡ ਪੰਜਾਬੀ ਚੈਨਲ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਲਾਲੀ ਜੀ, ਪਿੰਡ ਪੰਜਾਬੀ ਚੈਨਲ ਦਾ ਬਹੁਤ ਬਹੁਤ ਧੰਨਵਾਦ, ਜਿਹੜਾ ਇਲਾਕੇ ਦੀਆਂ ਸਰਗਰਮੀਆਂ, ਸਾਹਿਤਕ ਸਰਗਰਮੀਆਂ, ਸੱਭਿਆਚਾਰਕ, ਰਾਜਨੀਤਿਕ ਸਾਰੀਆਂ ਟੋਟਲ ਲੋਕਾਂ ਦੇ ਦੁੱਖ ਸੁੱਖ ਅਤੇ ਲੋਕਾਂ ਤੱਕ ਪਹੁੰਚਾਉਂਦਾ, ਬਹੁਤ ਬਹੁਤ ਮਿਹਰਬਾਨੀ। ਪਾਲੀ, ਜਿਸ ਤਰ੍ਹਾਂ ਤੁਸੀਂ ਆਪਣੇ ਅਜੀਤ ਅਖਬਾਰ ਦੇ ਪੱਤਰਕਾਰ ਵੀ ਹੋ, ਪੱਤਰਕਾਰੀ ਵੀ ਕਰਦੇ ਹੋ, ਪੱਤਰਕਾਰੀ ਦੇ ਨਾਲ ਨਾਲ ਤੁਸੀਂ ਆਪਣੇ ਸਾਹਿਤ ਨਾਲ ਅਤੇ ਸੱਭਿਆਚਾਰ ਨਾਲ ਸੰਬੰਧਿਤ ਜਿਹੜੀਆਂ ਬਾਨੀਆਂ ਨੇ ਉਹਨਾਂ ਵਿੱਚ ਵੀ ਤੁਸੀਂ ਸ਼ਮੂਲੀਅਤ ਕਰਦੇ ਰਹਿੰਦੇ ਹੋ। ਸੋ ਇੱਕ ਤੁਸੀਂ ਜਿਹੜੀ ਆਪਣੇ ਕਾਫੀ ਲੰਬੇ ਸਮੇਂ ਤੋਂ ਜਿਹੜੀ ਤੁਸੀਂ ਆਪਣੇ ਲਿਖਾਰੀ ਸਭਾ ਪੈਲ ਵਿਖੇ ਤੁਸੀਂ ਉਹਦੀ ਮੀਟਿੰਗ ਕਰਦੇ ਹੋ, ਉੱਥੇ ਬਹੁਤ ਸਾਰੇ ਜਿਹੜੇ ਲੇਖਕ ਨੇ ਉੱਥੇ ਪਹੁੰਚਦੇ ਨੇ, ਉਸ ਬਾਰੇ ਸਾਨੂੰ ਦੱਸੋ ਕਿ ਇਹ ਜਿਹੜੀ ਲਿਖਾਰੀ ਸਭਾ ਤੁਸੀਂ ਪੈਲ ਵਿਖੇ ਕਰਵਾਉਂਦੇ ਹੋ, ਮਹੀਨਾਵਾਰ ਮੀਟਿੰਗ ਇਹਦੀ ਰੱਖਦੇ ਹੋ, ਇਹਦਾ ਮੁੱਖ ਏਮ ਕੀ ਤੀ, ਕੀ ਇਹ ਕੀ ਤੁਹਾਡੀ ਸੋਚ ਤੀ? ਇਹ ਸੋਚ ਅਸਲ ਵਿੱਚ ਮੈਂ ਇਹਦੇ ਨਾਲ ਜੁੜਿਆ ਹੁਣ ਤੋਂ 10 ਸਾਲ ਪਹਿਲਾਂ, ਅਤੇ ਉਦੋਂ ਪਹਿਲਾਂ ਵੀ ਸਭਾ ਚੱਲਦੀ ਸੀ, ਅਤੇ ਜਿਹੜਾ ਇਹ ਸਭਾ ਦਾ ਮੁੱਖ ਉਦੇਸ਼ ਆ ਉਹ ਆ ਮਤਲਬ ਕਿ ਸਮਾਜਿਕ ਕ੍ਰਿਤੀਆਂ ਨੂੰ ਠੱਲ ਪਾਉਣਾ ਔਰ ਨੌਜਵਾਨਾਂ ਨੂੰ ਸਹੀ ਦਿਸ਼ਾ ਦੇਣੀ, ਔਰ ਮਤਲਬ ਕਿ ਸਮਾਜ ਦਾ ਸ਼ੀਸ਼ਾ ਹੀ ਸਮਾਜ ਨੂੰ, ਸਮਾਜ ਦਾ ਚਿਹਰਾ ਇੱਕ ਉਹ ਸ਼ੀਸ਼ੇ ਰਾਹੀਂ ਸਮਾਜ ਨੂੰ ਦਿਖਾਉਣਾ ਵੀ ਤੁਸੀਂ ਕਰ ਕੀ ਰਹੇ ਹੋ ਔਰ ਤੁਹਾਨੂੰ ਕਰਨਾ ਕੀ ਚਾਹੀਦਾ। ਇਹ ਮਤਲਬ ਲੇਖਕ ਕੀ ਹੁੰਦੇ ਨੇ, ਇੱਕ ਲੇਖਕਾਂ ਦਾ ਸਮੂਹ ਆ ਇਹ। ਲੇਖਕਾਂ ਦਾ ਮਤਲਬ ਹੋਣਾ ਵੀ ਮੋਮਬੱਤੀ ਦੀ ਤਰ੍ਹਾਂ ਆਪਣਾ ਆਪ ਫੂਕ ਕੇ ਲੋਕਾਂ ਨੂੰ ਉਜਾਲਾ ਕਰਨਾ, ਇਹ ਸੀ ਮਤਲਬ ਕਿ ਇਹਦਾ ਆਦੇਸ਼ ਆ। ਇਹ ਜਦ ਤੱਕ ਅਸੀਂ ਜਿਉਂਦੇ ਹਾਂ, ਜਦ ਤੱਕ ਮਤਲਬ ਸਾਡੇ ਸਾਹ ਚੱਲਦੇ ਨੇ, ਇਹ ਅਸੀਂ ਆਦੇਸ਼ ਆਪਣਾ ਜਾਰੀ ਰੱਖਾਂਗੇ ਵੀ ਨੌਜਵਾਨਾਂ ਨੂੰ ਸਹੀ ਦਿਸ਼ਾ ਦੇਣੀ। ਕੋਈ ਸਾਡੀ ਗੱਲ ਮੰਨੇ ਨਾ ਮੰਨੇ, ਪਰ ਸਾਡਾ ਮਤਲਬ ਕਹਿੰਦਾ ਜਲਤੀ ਸ਼ਮਾ ਹੂੰ ਮੈਂ ਨਹੀਂ ਬੁਝਣੇ ਕਾ ਡਰ ਮੁਝੇ, ਜਿਤਨਾ ਉਜਾਲਾ ਮੁਝ ਮੈਂ ਥਾ ਵੋ ਮੈਨੇ ਕਰ ਡਾਲਾ। ਗੱਲ ਤਾਂ ਸਾਡਾ ਤਾਂ ਕੰਮ ਉਜਾਲਾ ਕਰਨਾ, ਬਾਕੀ ਲੋਕਾਂ ਇਹਦਾ ਕੀ ਲੈਂਦੇ ਨੇ, ਅਤੇ ਮਤਲਬ ਸਾਡੀ ਕੋਸ਼ਿਸ਼ ਇਹੀ ਆ ਵੀ ਲੋਕਾਂ ਨੂੰ ਚੰਗੀ ਦਿਸ਼ਾ ਦੇਈਏ। ਪਰ ਜਿਸ ਤਰ੍ਹਾਂ ਤੁਸੀਂ ਆਪਣੇ ਲੇਖਕਾਂ ਦੀ ਗੱਲ ਕੀਤੀ ਆ, ਇੱਕ ਤੁਹਾਡੇ ਅਨੁਸਾਰ ਲੇਖਕ ਦੀ ਕੀ ਪਰਿਭਾਸ਼ਾ, ਤਾਂ ਤੁਸੀਂ ਲੇਖਕ ਨੂੰ ਕਿਸ ਤਰ੍ਹਾਂ ਉਲੀਕਦੇ? ਡੈਫੀਨੇਸ਼ਨ ਕੀ ਆ? ਬਿਲਕੁਲ ਬਿਲਕੁਲ, ਲੇਖ ਇੱਕ ਨਾ ਸ਼ਾਇਰੀ ਆ, ਸ਼ਾਇਰੀ ਦਾ ਕੋਈ ਡਿਪਲੋਮਾ ਨਹੀਂ ਹੁੰਦਾ। ਇਹ ਇੱਕ ਸ਼ਿਵ ਕੁਮਾਰ ਬਟਾਲਵੀ ਦੀ ਮੇਰੇ ਲਾਈਨ ਬਹੁਤ ਜ਼ਿਆਦਾ ਆਉਂਦੀ ਰਹਿੰਦੀ ਆ ਵੀ ਸਾਡੇ ਪੋਤੜਿਆਂ ਵਿੱਚ ਬਿਰਹਾ ਰੱਖਿਆ ਸਾਡੀਆਂ ਮਾਵਾਂ। ਹੁਣ ਤਾਂ ਸ਼ਾਇਦ ਲੋਕਾਂ ਨੂੰ, ਮੁੰਡਿਆਂ ਨੂੰ ਪਤਾ ਮੈਨੂੰ ਪੋਤੜੇ ਕੀ ਹੁੰਦੇ ਨੇ। ਇਹ ਜੇ ਤਾਂ ਆ ਗਈ ਤਾਂ ਆ ਗਈ, ਜੇ ਨਾ ਆਈ ਤਾਂ ਨਾ ਆਈ। ਇਹਦਾ ਇਹ ਤਾਂ ਆਈਲੈਟਸ ਦੀ ਡਿਗਰੀ ਤਾਂ ਹੈ ਨਹੀਂ, ਇਹ ਵੀ 6 ਮਹੀਨੇ ਲਾਓ ਤਾਂ ਇਹ ਪਾਸ ਹੋ ਜੂਗੀ। ਇਹ ਮਤਲਬ ਕੁਦਰਤੀ ਹੁੰਦਾ, ਸੁਭਾਵਿਕ ਹੁੰਦੇ ਆ। ਬਹੁਤ ਬੰਦੇ ਸੰਵੇਦਨਸ਼ੀਲ ਹੁੰਦੇ ਨੇ ਬਚਪਨ ਤੋਂ ਹੀ, ਔਰ ਉਹਨਾਂ ਨੂੰ ਇੱਕ ਘਟਨਾ ਲੱਗਣ ਦੀ ਦੇਰ ਹੁੰਦੀ ਆ, ਅਤੇ ਇੱਕ ਆਮ ਬੰਦਾ ਲੇਖਕ ਬਣ ਜਾਂਦਾ ਘਟਨਾ ਨਾਲ। ਔਰ ਬਹੁਤ ਪ੍ਰੋਬਲਮ ਤਾਂ ਇਹ ਹੈਗਾ ਨਾ ਸੋਰੀ, ਖੁਸ਼ੀ ਦੀ ਗੱਲ ਵੀ ਇਹ ਆ ਵੀ ਸਾਨੂੰ ਇੰਨੀਆਂ ਘਟਨਾਵਾਂ ਲੱਗੀਆਂ ਵੀ ਅਸੀਂ ਪੱਕਦੇ ਗਏ ਵੀ ਪ੍ਰੌੜ ਲੇਖਕ ਬਣ ਗਏ, ਇੰਨੀਆਂ ਘਟਨਾਵਾਂ ਵਾਪਰੀਆਂ ਜੀਵਨ 'ਚ, ਔਰ ਜਿੰਨੀਆਂ ਵਾਪਰਨਗੀਆਂ ਔਰ ਓਨਾ ਹੀ ਲੇਖਕ, ਜਿਵੇਂ ਕਹਿੰਦਾ ਕੁੰਦਨ ਹੁੰਦਾ ਜਾਂਦਾ ਤਾਂ ਓਨਾ ਹੀ 24 ਕੈਰੇਟ ਸ਼ੁੱਧ ਹੋ ਜਾਂਦਾ ਸੋਨੇ ਵਾਂਗੂ। ਜਿੰਨੀਆਂ ਘਟਨਾਵਾਂ, ਜਿੰਨੀਆਂ ਵੱਧ ਵਾਪਰਨਗੀਆਂ ਉਹ ਓਨਾ ਚੰਗਾ ਲੇਖਕ ਬਣੂਗਾ। ਬਸ ਇਹ ਪਰ ਇਹ ਆ ਵੀ ਲੇਖਕ ਦੁਖੀ ਬਹੁਤ ਹੁੰਦਾ, ਆਪਣਾ ਫੂਕ ਕੇ ਲੋਕਾਂ ਨੂੰ ਉਜਾਲਾ ਕਰਦਾ, ਇਹੀ ਲੇਖਕ ਦੀ ਜ਼ਿੰਦਗੀ ਆ, ਇਦੋਂ ਵੱਧ ਕੁਛ ਨਹੀਂ। ਅੱਛਾ ਪਹਿਲਾਂ, ਜਿਸ ਤਰ੍ਹਾਂ ਸਾਨੂੰ ਹੁਣ ਪਤਾ ਲੱਗਿਆ ਕਿ ਜਿਹੜੀ ਇਹ ਤੁਸੀਂ ਮਹੀਨਾਵਾਰ ਜਿਹੜੀ ਆਪਣੀ ਮੀਟਿੰਗ ਕਰਾਉਂਦੇ ਹੋ ਲਿਖਾਰੀ ਸਭਾ ਦੀ, ਇਸ ਬਾਰ ਉਹ 2 ਜੂਨ ਨੂੰ ਹੋਣ ਜਾ ਰਹੀ ਆ, ਇਸ ਬਾਰੇ ਤੁਸੀਂ ਆਪਣੇ ਸਰੋਤਿਆਂ ਨੂੰ ਕੀ ਕਹਿਣਾ ਚਾਹੁੰਦੇ ਹੋ? ਅਸੀਂ ਕਹਿਣਾ ਚਾਹੁੰਦੇ ਹਾਂ ਵੀ ਪੰਜਾਬ ਦੇ ਇੱਕ ਨਾ ਬਹੁਤ ਹੁਣ ਤੋਂ 25-27 ਸਾਲ ਪਹਿਲਾਂ ਇੱਕ ਨਾਂ ਆਇਆ ਸੀ ਬਚਨ ਬੇਦਲ ਬਡਰੁੱਖਾਂ, ਔਰ ਉਹ ਮਤਲਬ ਕਿ 2-3 ਪੀੜ੍ਹੀਆਂ ਦਾ ਲੇਖਕ ਆ, ਉਹ ਆਉਣ ਵਾਲੀਆਂ ਪੀੜ੍ਹੀਆਂ ਵੀ ਉਹਨੂੰ ਸੁਣਦੀਆਂ ਰਹਿਣਗੀਆਂ, ਔਰ ਉਹਨਾਂ ਦੇ ਗੀਤ ਇੰਨੇ ਸੁਪਰ ਹਿੱਟ ਹੋਏ ਸੀ ਵੀ ਉਹਨਾਂ ਦਾ ਮਤਲਬ ਕਿ ਤੋੜੇ ਨਹੀਂ ਸੀ ਕੋਈ। ਬਿਲਕੁਲ,
ਔਰ ਹੁਣ ਅਸੀਂ ਉਹਨਾਂ ਦੇ ਰੂਬਰੂ ਸਮਾਗਮ ਕਰਾ ਕੇ ਦੱਸਣਾ ਚਾਹੁੰਦੇ ਹਾਂ ਵੀ ਇੱਕ ਸਿਰਫ ਗੀਤਕਾਰ ਨਹੀਂ, ਉਹ ਸ਼ਾਇਰ ਨੇ, ਉਹਨਾਂ ਦੀ ਅਸਲੀ ਜ਼ਿੰਦਗੀ 'ਚ ਕੀ ਆ, ਵੀ ਉਹ ਮਤਲਬ ਕਿ ਇੱਕ ਗੀਤਕਾਰੀ ਬਿਨਾਂ ਕਿੱਡੇ ਪਰੋੜ ਸ਼ਾਇਰ ਨੇ, ਔਰ ਜਿਹੜੀਆਂ ਉਹਨਾਂ ਦੀਆਂ ਰਚਨਾਵਾਂ ਰਿਕਾਰਡਿੰਗ ਨਹੀਂ ਹੋਈਆਂ ਜਾਂ ਮਤਲਬ ਕਿ ਉਹ ਮਾਰਕੀਟ ਵਿੱਚ ਨਹੀਂ ਚੱਲ ਸਕਦੀਆਂ ਜਾਂ ਲੋਕਾਂ ਦਾ ਲੈਵਲ ਨਹੀਂ ਉੱਡਾ, ਕਿਉਂਕਿ ਉਹ ਐਡੇ ਲੈਵਲ ਦੀਆਂ ਰਚਨਾਵਾਂ ਨੇ ਉਹਨਾਂ ਦੀਆਂ, ਉਹ ਮਤਲਬ ਪੇਸ਼ ਕਰਨ ਦਾ ਸਾਡਾ ਦੇਸ਼ ਆ, ਲੋਕਾਂ ਨੂੰ ਅਸੀਂ ਚਾਹੁੰਦੇ ਹਾਂ, ਅਤੇ ਉੱਦਣ ਦੇ ਮੁੱਖ ਮਹਿਮਾਨ ਹੋਣਗੇ ਸਾਡੇ SP ਹੈੱਡਕੁਆਰਟਰ, ਸਾਡੇ ਪਰਮ ਮਿੱਤਰ ਨੇ ਬਲਵਿੰਦਰ ਸਿੰਘ ਭੀਖੀ, ਅਤੇ ਉਹਨਾਂ ਦੇ ਨਾਲ ਇੰਜੀਨੀਅਰ ਜਗਦੇਵ ਸਿੰਘ ਬੋਪਾ ਰਾਏ, ਉਹ ਬਹੁਤ ਵਧੀਆ ਸਮਾਜ ਸੇਵਕ ਨੇ, ਉਹ ਨਾਲ ਹੋਣਗੇ, ਬਾਕੀ ਜਿੰਨੇ ਮਤਲਬ ਕਿ ਸਾਡੀ ਸਭਾ ਦੇ ਕਾਰਕਨ ਨੇ, ਜਨਰਲ ਸਕੱਤਰ ਬੰਤ ਕਢਾਣੀ, ਪ੍ਰਧਾਨ ਸੁੱਖਾ ਸ਼ਾਹਪੁਰਾ, ਸੀਨੀਅਰ ਮੀਤ ਪ੍ਰਧਾਨ ਪਪੂਲ ਵੀਰ, ਅਤੇ ਬਾਕੀ ਹੋਰ ਸਾਰੇ ਇਹ ਟੋਟਲ ਜਿੰਨੇ ਮਤਲਬ ਇਹ ਨੇ ਸਾਰੇ ਨਾਲ ਹੋਣਗੇ, ਸਾਡੀ ਲੋਕਾਂ ਨੂੰ ਅਪੀਲ ਆ ਵੀ ਵੱਧ ਤੋਂ ਵੱਧ ਉੱਥੇ ਸ਼ਮੂਲੀਅਤ ਕਰਕੇ ਇੱਕ ਸਰਮੌਰ ਗੀਤਕਾਰ ਦੇ ਵਿਚਾਰ ਸੁਣੋ, ਅਤੇ ਵੀ ਰਚਨਾ ਕਿਵੇਂ ਲਿਖੀ ਜਾਂਦੀ ਆ, ਅਤੇ ਰਚਨਾ ਦੇ ਪਿੱਛੇ ਮਤਲਬ ਕਿ ਇੱਕ ਬੰਦੇ ਦਾ ਆਪਣਾ ਕਿੰਨਾ ਕੁ ਹੁੰਦਾ, ਵੀ ਕਿੰਨੇ ਕੁ ਉਹਦੀ ਆਪਣੇ ਦਿਲ ਦਾ ਰੀਝਾਂ ਹੁੰਦੀਆਂ ਨੇ, ਦਿਲ ਦੇ ਅਰਮਾਨ ਹੁੰਦੇ ਨੇ, ਉਹ ਕਿੰਨੇ ਕੁ ਦਿਲ ਨਾਲ ਲਿਖੇ ਜਾਂਦੇ ਨੇ, ਇੱਥੇ ਤਾਂ 2 ਮਿੰਟ 'ਚ ਬੰਦਾ ਗੀਤ ਰਿਜੈਕਟ ਕਰ ਦਿੰਦਾ, 2 ਮਿੰਟ 'ਚ ਸਿਲੈਕਟ ਕਰ ਦਿੰਦਾ, ਕਿੱਦਾਂ ਰਚਨਾਵਾਂ ਬਣਦੀਆਂ ਨੇ, ਵੀ ਆਪਣਾ ਆਪ ਫੂਕ ਕੇ ਲੋਕਾਂ ਨੂੰ ਉਜਾਲਾ ਕਰਨ ਵਾਲੀ ਗੱਲ ਹੁੰਦੀ ਹੈ, ਅਤੇ ਇੱਥੇ ਪਹੁੰਚ ਕੇ ਅਤੇ ਸਾਨੂੰ ਧੰਨਵਾਦੀ ਬਣਾਓ, ਅਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਜਿਹੜੇ ਪਹੁੰਚਣਗੇ ਉਹਨਾਂ ਦਾ ਬਹੁਤ ਹੀ ਜ਼ਿਆਦਾ ਧੰਨਵਾਦ, ਕਿਉਂਕਿ ਇਹੋ ਜਿਹੇ ਮੌਕੇ ਬੇੜੀ ਦਾ ਪੂਰ 53 ਦੀਆਂ ਕੁੜੀਆਂ ਸਵਾਬ ਨਾਲ ਹੋਣ ਇਕੱਠੀਆਂ, ਕਦੇ ਕਦੇ ਮੌਕੇ ਮਿਲਦੇ ਨੇ, ਲੋਕਾਂ ਨੂੰ ਇਹ ਇੱਥੇ ਪਹੁੰਚਣਾ ਚਾਹੀਦਾ, ਅਤੇ ਅਸੀਂ ਬਹੁਤ ਧੰਨਵਾਦ ਕਰਾਂਗੇ। ਸੋ ਦੋਸਤੋ, ਇਹ ਸੀਗੇ ਉੱਘੇ ਪੱਤਰਕਾਰ ਅਤੇ ਸਰਮੋਰ ਗੀਤਕਾਰ ਪਾਲਾ ਰਾਜੇਵਾਲੇ ਜੀ, ਅਤੇ ਨਾਲ ਇਹ ਲਿਖਾਰੀ ਸਭਾ ਪੈਲ ਦੇ ਮੁੱਖ ਸਰਪ੍ਰਸਤ ਵੀ ਨੇ, ਇਹਨਾਂ ਨੇ ਇੱਥੇ ਸਾਡੇ ਨਾਲ ਗੱਲਬਾਤ ਵੀ ਕੀਤੀ ਆ, ਅਤੇ ਇਹਨਾਂ ਨੇ ਜਿਹੜੇ ਸਾਹਿਤ ਨੂੰ ਪਿਆਰ ਕਰਦੇ ਨੇ ਸਰੋਤੇ ਨੇ ਇੱਥੇ ਇਹੀ ਰਿਕੁਐਸਟ ਕੀਤੀ ਆ ਕਿ ਜਿਹੜੀ 2 ਤਰੀਕ ਨੂੰ ਪੈਲ ਵਿਖੇ ਲਿਖਾਰੀ ਸਭਾ ਦੀ ਜਿਹੜੀ ਮੀਟਿੰਗ ਹੋਣ ਜਾ ਰਹੀ ਆ, ਉਹ ਜਿੰਨੇ ਵੀ ਆਪਣੇ ਸਾਹਿਤ ਨੂੰ ਪਿਆਰ ਕਰਨ ਵਾਲੇ ਹੈਗੇ ਨੇ, ਉਹ ਇਸ ਜਿਹੜੀ ਸਭਾ ਵਿੱਚ ਪਹੁੰਚ ਕੇ ਇਹਨਾਂ ਦਾ ਜਾਣ ਦੀ ਕਹਿਣ ਦਾ ਮਤਲਬ ਧੰਨਵਾਦ ਦੇ ਪਾਤਰ ਬਣਨ। ਪਿੰਡ ਪੰਜਾਬੀ ਚੈਨਲ ਦੀ ਵਿਸ਼ੇਸ਼ ਰਿਪੋਰਟ।